बिस्मिल्लाह रहमान रहीम। आज असी टॉपिक पढ़ांगे कुल कलाम मुनीर नियाजी दे तीन शेरी मजमुआ नूं इकट्ठा करके कुल कलाम दे नां तो छापिया गया। CSS 2016 च सवाल आया सी, मुनीर नियाजी नूं कई सोजवान मतलब दाना ते अकलमंद डर ते खौफ दा शायर भी आखदे ने, की तुसीं इस गल नाल मुत्तफिक हो? 2017 ਦੇ ਵਿੱਚ ਆਇਆ ਸੀਗਾ, ਮੁਨੀਰ ਨਿਆਜ਼ੀ ਨੂੰ ਨਵੇਂ ਅਮਕਾਨਾਤ ਦਾ ਸ਼ਾਇਰ ਵੀ ਆਖਿਆ ਜਾਂਦਾ ਹੈ, ਕਿ ਤੁਸੀਂ ਇਸ ਗੱਲ ਨਾਲ ਮੁਤਫਿਕ ਹੋ? ਮਤਲਬ ਸਵਾਲ ਆ ਸਕਦਾ ਹੈ ਕਿ ਉਹ ਇਮਾਈਅਤ ਦਾ ਸ਼ਾਇਰ ਹੈ, ਉਹ ਨਰਗਸੀਅਤ ਪਸੰਦ ਸ਼ਾਇਰ ਹੈ, ਅੱਛਾ ਜੀ ਨਵੇਂ ਅਮਕਾਨਾਤ ਦਾ ਸ਼ਾਇਰ ਹੈ, ਕਿਸੇ ਤਰ੍ਹਾਂ ਵੀ ਉਹ ਸਵਾਲ ਪੁੱਛ ਸਕਦਾ ਹੈ। ਅਸੀਂ ਉਹਦਾ ਜਵਾਬ ਤਾਰਫ ਦੇ ਵਿੱਚ ਉਹਨੂੰ ਹਾਈਲਾਈਟ ਕਰ ਦਾਂਗੇ ਜੋ ਉਹਨੇ ਪੁੱਛਿਆ ਹੋਏਗਾ। ਅੱਗੇ ਫਿਰ ਅਸੀਂ ਇਹ ਹੀ ਸਾਰਾ ਸਵਾਲ ਲਿਖਾਂਗੇ, ਮਤਲਬ ਅਗਰ ਉਹਨੇ ਉਹਦਾ ਅਲਾਮਤੀ ਨਿਜ਼ਾਮ ਪੁੱਛਿਆ ਹੈ ਤਾਂ ਅਸੀਂ ਤਾਰਫ ਦੇ ਵਿੱਚ ਉਹਦੇ ਅਲਾਮਤੀ ਨਿਜ਼ਾਮ ਨੂੰ ਡਿਸਕਸ ਕਰ ਦਾਂਗੇ, ਅੱਗੇ ਫਿਰ ਸਾਰਾ ਇਹੀ ਸਵਾਲ ਅਸੀਂ ਲਿਖਾਂਗੇ। ਅਗਰ ਉਹ ਕਹਿੰਦਾ ਹੈ ਕਿ ਇਮਾਈਅਤ ਦਾ ਸ਼ਾਇਰ ਹੈ ਅਤੇ ਤਾਰਫ ਦੇ ਵਿੱਚ ਉਹਨੂੰ ਅਸੀਂ ਡਿਸਕਸ ਕਰਕੇ ਅੱਗੇ ਸਾਰਾ ਸਵਾਲ ਅਸੀਂ ਇਹ ਹੀ ਲਿਖਾਂਗੇ। ਮੁਨੀਰ ਨਿਆਜ਼ੀ ਦੀ ਹਯਾਤੀ ਅਤੇ ਚਾਤ, ਚਾਤ ਦਾ ਮਤਲਬ ਹੈ ਨਜ਼ਰ। ਮੁਨੀਰ ਨਿਆਜ਼ੀ ਦਾ ਅਸਲ ਨਾਮ ਮੁਹੰਮਦ ਮੁਨੀਰ ਹੈ। ਉਹ 19 April 1928 ਨੂੰ ਫਤਿਹ ਮੁਹੰਮਦ ਖਾਨ ਦੇ ਘਰ ਪਿੰਡ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜੰਮੇ। ਉਹਨਾਂ ਮੁੱਢਲੀ ਤਾਲੀਮ ਹੁਸ਼ਿਆਰਪੁਰ ਤੋਂ ਹਾਸਲ ਕੀਤੀ ਅਤੇ ਮੈਟ੍ਰਿਕ ਵੀ ਇੱਥੋਂ ਹੀ ਕੀਤਾ। ਫਿਰ ਜਲੰਧਰ ਦੇ ਖਾਲਸਾ ਕਾਲਜ ਤੋਂ FA ਕਰਕੇ ਸ੍ਰੀਨਗਰ ਦੇ ਅਮਰ ਸਿੰਘ ਕਾਲਜ ਤੋਂ BA ਦੀ ਡਿਗਰੀ ਲਈ। ਤਾਲੀਮ ਦੇ ਹਸੂਲ ਤੋਂ ਬਾਅਦ ਸ਼ੇਰੋ ਸ਼ਾਇਰੀ ਸ਼ੁਰੂ ਕਰ ਦਿੱਤੀ। ਉਹ ਤਕਸੀਮ ਤੋਂ ਬਾਅਦ ਸਾਹੀਵਾਲ ਆ ਗਏ, ਕੁਝ ਅਰਸਾ ਨੇਵੀ 'ਚ ਨੌਕਰੀ ਕੀਤੀ ਪਰ ਉਹ ਜਲਦੀ ਅੱਕ ਗਏ, ਨੌਕਰੀ ਛੱਡ ਕੇ ਸਾਹੀਵਾਲ ਆ ਗਏ। ਕੁਝ ਚਿਰ ਅਖਬਾਰ ਦੀ ਵੀ ਨੌਕਰੀ ਕੀਤੀ ਅਤੇ ਲਾਹੌਰ ਵਿੱਚ ਕਤੀਲ ਸ਼ਫਾਈ ਦੀ ਵਸਾਤਤ ਨਾਲ ਫਿਲਮ ਸ਼ਹੀਦ ਦੇ ਗਾਣੇ ਲਿਖਣ ਪਰੋਂ ਟੈਲੀਵਿਜ਼ਨ ਵਿੱਚ ਵੀ ਨੌਕਰੀ ਕੀਤੀ। ਉਹਨਾਂ ਦੇ ਜਿਹੜੇ ਮਜਮੂਆ ਕਲਾਮ ਨੇ ਉਹਨਾਂ 'ਚ ਤੇਜ਼ ਹਵਾ, ਤੰਨਾ ਫੂਲ, ਮਾਹੇ ਮੁਨੀਰ, ਕੁੱਲ ਕਲਾਮ, ਚਾਰ ਚੁੱਪ ਚੀਜ਼ਾਂ, ਸਫ਼ਰ ਦੀ ਰਾਤ ਅਤੇ ਰਸਤਾ ਦੱਸਣ ਵਾਲੇ ਤਾਰੇ ਮਸ਼ਹੂਰ ਨੇ। ਮੁਨੀਰ ਨਿਆਜ਼ੀ ਹੋਰਾਂ 26 December 2007 ਨੂੰ ਵਫਾਤ ਪਾਈ। ਅੱਛਾ, ਉਹਨਾਂ ਦਾ ਜਿਹੜਾ ਕੁੱਲ ਕਲਾਮ ਹੈ ਇਹ ਮੁਨੀਰ ਨਿਆਜ਼ੀ ਹੋਰਾਂ ਦੇ ਜਿਹੜੇ ਤਿੰਨ ਪੰਜਾਬੀ ਪਰਾਗੇ ਜਾਂ ਮਜਮੂਏ, ਚਾਰ ਚੁੱਪ ਚੀਜ਼ਾਂ, ਸਫ਼ਰ ਦੀ ਰਾਤ ਅਤੇ ਰਸਤਾ ਦੱਸਣ ਵਾਲੇ ਤਾਰੇ, ਇਹ ਜਿਹੜੇ ਤਿੰਨ ਉਹਨਾਂ ਦੇ ਸ਼ੇਰੀ ਮਜਮੂਏ ਨੇ, ਇਹਨਾਂ ਨੂੰ ਇਕੱਠਾ ਕਰਕੇ ਇੱਕ ਕਿਤਾਬ ਦਾ ਨਾਂ ਦੇ ਦਿੱਤਾ ਗਿਆ ਕੁੱਲ ਕਲਾਮ। ਕੁੱਲ ਕਲਾਮ ਦਾ ਅਸੀਂ ਹੁਣ ਵੇਰਵਾ ਕਰਾਂਗੇ। ਵੇਰਵਾ ਦਾ ਮਤਲਬ ਹੈ ਤਸ਼ਰੀਹ, ਐਕਸਪਲੇਨ ਕਰਨਾ, ਅਲੈਬੋਰੇਟ ਕਰਨਾ। 5 to 6 ਸਫ਼ੇ ਲਿਖਣੇ ਨੇ ਅਤੇ ਇੱਕ ਸਫ਼ੇ 'ਤੇ ਮੈਕਸੀਮਮ 2 ਹੈਡਿੰਗ ਆ ਸਕਦੀਆਂ ਨੇ, ਮਤਲਬ 11 to 12 ਹੈਡਿੰਗ। ਪਹਿਲੀ ਹੈਡਿੰਗ ਤਾਰਫ ਜਾਂ ਉਹਦੀ ਹਯਾਤੀ ਅਤੇ ਚਾਹ ਅਤੇ ਆਖਰੀ ਮੁੱਕ ਦੀ ਗੱਲ ਹੈ, ਬਾਕੀ 8-9 ਹੈਡਿੰਗ ਲਿਖਣੀਆਂ ਨੇ। ਤੁਸੀਂ ਕੋਈ ਇਹਦੇ ਵਿੱਚੋਂ ਲਿਖ ਸਕਦੇ ਹੋ, ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ। ਕੋਸ਼ਿਸ਼ ਕਰੋ ਹਰ ਹੈਡਿੰਗ ਨਾਲ ਸ਼ੇਰ ਲਿਖੋ, ਨਹੀਂ ਯਾਦ ਹੁੰਦਾ ਤਾਂ ਫਿਰ 4-5-6 ਕਾਫੀ ਨੇ। ਇਮਾਈਅਤ ਦਾ ਸ਼ਾਇਰ, ਇਮਾਈਅਤ ਕੀ ਇਹ? ਕੁਝ ਇਸ਼ਾਰੇ ਦਿੱਤੇ ਜਾਂਦੇ ਨੇ, ਪੜ੍ਹਨ ਵਾਲਾ ਉਹਨਾਂ ਇਸ਼ਾਰਿਆਂ ਰਾਹੀਂ ਮੌਜੂ ਦੀ ਡੂੰਘੀ ਸਤਾ ਤੋਂ ਜਾਣੂ ਹੋ ਜਾਂਦਾ ਹੈ, ਵਾਕਫ ਹੋ ਜਾਂਦਾ ਹੈ। ਇਹ ਇਮਾਈਅਤ ਜਿਹੜਾ ਹੈ, ਇਹ ਢੰਗ ਜਿਹੜਾ ਹੈ, ਇਹ ਅਸਲੂਬ ਜਿਹੜਾ ਹੈ, ਪੁਰਾਣੀ ਚੀਨੀ ਅਤੇ ਜਾਪਾਨੀ ਸ਼ਾਇਰੀ ਵਿੱਚ ਮੌਜੂਦ ਸੀ। ਇਸ ਦੀ ਇੱਕ ਮਿਸਾਲ ਵੇਖੋ, ਇਹ ਪੁਰਾਣੀ ਚੀਨੀ ਸ਼ਾਇਰੀ ਵਿੱਚ ਬੱਚੇ ਦੀ ਜਦੋਂ ਮੌਤ ਹੁੰਦੀ ਹੈ ਤਾਂ ਉਹਦੇ ਉੱਤੇ ਮਰਸੀਆ ਗਾਇਆ ਜਾਂਦਾ ਹੈ, ਉਹ ਤਿੱਤਲੀਆਂ ਦੀ ਭਾਲ ਵਿੱਚ ਬਹੁਤ ਦੂਰ ਨਿਕਲ ਗਿਆ। ਮਤਲਬ ਇੱਕ ਬੱਚਾ ਹੈ ਅਤੇ ਉਹ ਤਿੱਤਲੀ ਦੀ ਤਲਾਸ਼ ਪਕੜਦੇ ਉਹ ਕਿਤੇ ਉੱਚੀ ਜਗ੍ਹਾ 'ਤੇ ਗਿਆ, ਉੱਥੋਂ ਗਿਰ ਗਿਆ, ਉਹਦੀ ਮੌਤ ਵਾਕਈ ਹੋ ਗਈ। ਅਤੇ ਪੁਰਾਣੀ ਚੀਨੀ ਦੇ ਵਿੱਚ ਇਮਾਈਅਤ ਤੋਂ ਕੰਮ ਲੈ ਕੇ, ਮਤਲਬ ਡਾਇਰੈਕਟ ਨਹੀਂ ਕਿਹਾ ਜਾਂਦਾ ਕਿ ਉਹ ਮਰ ਗਿਆ ਜਾਂ ਫੌਤ ਹੋ ਗਿਆ, ਉਹ ਤਿੱਤਲੀਆਂ ਦੀ ਭਾਲ ਵਿੱਚ ਬਹੁਤ ਦੂਰ ਨਿਕਲ ਗਿਆ, ਮੁਰਾਦ ਦੇਵੇ ਕਿ ਬੱਚਾ ਇਸ ਦੁਨੀਆ ਤੋਂ ਟੁਰ ਗਿਆ। ਬੜੇ ਸੋਹਣੇ ਅਤੇ ਅੰਦਾਜ਼ ਨਾਲ ਜਿਹੜਾ ਨਾ, ਉਹ ਪਿਆਰੇ ਅੰਦਾਜ਼ ਨਾਲ ਉਹਨਾਂ ਨੇ ਇਸ ਗੱਲ ਨੂੰ ਬਿਆਨ ਕੀਤਾ ਹੈ। ਮੁਨੀਰ ਨਿਆਜ਼ੀ ਦਾ ਅਲਾਮਤੀ ਨਿਜ਼ਾਮ, ਬਹੁਤ ਸਾਰੇ ਸ਼ਾਇਰਾਂ ਨੇ ਅਲਾਮਤੀ ਨਿਜ਼ਾਮ ਦੇ ਜ਼ਰੀਏ ਸ਼ਾਇਰੀ ਕੀਤੀ ਹੈ, ਅਲਾਮਤਾਂ ਦੇ ਜ਼ਰੀਏ ਸਮਝਾਉਣ ਦੀ ਜਿਹੜੀ ਉਹ ਸਾਨੂੰ ਕੋਸ਼ਿਸ਼ ਕੀਤੀ ਹੈ।
मुनीर नियाजी ने अपने तखयल की मदद नाल खास इम्तियाज दियां रलदियां मिलदियां तस्वीरां नाल इह जिहा माहौल पैदा किया है जिहदे तों डर खौफ जंगल उजाड़ बियाबान जई फिजा जन्म लैंदी है ते डैणा उजड़ियां हवेलियां लहू नाल रंगियां कंधां ते उजाड़ रस्तियां वर्गियां शक्लां ते मंजरां नूं अलामत दे तौर ते वरत्या है। बस अलामती निज़ाम इन्ना तुसीं लिख दो काफ़ी है, यह लिखण की अगे जरूरत नहीं। समझ लो कि वह इनू समझण लई दो औकड़ां पेश आउंदियां ने। पहली है वे औकड़ां कहिंदे ने मुश्किलां नूं, नवीं नज़म विच मतलब जदीद नज़म विच जदीद शायरी विच पहला ऐसा कोई निज़ाम नहीं सी जिहदे सारे सहारे असी इस नूं समझिए। दूसरा इहदी गुमानवी तशरीह नहीं की जा सकती। यह जिहड़ा मुनीर नियाजी की शायरी है इंज लगता है कि उन्हें भी किसी की पैरवी नहीं की, किसी फॉलो नहीं किया शायरी के अगे भी उन्हों भी किसी ने भी फॉलो नहीं किया। उन्हों का एक वक्रा ढंग वक्रा अंदाज इन अलामतों का तालक मुनीर नियाजी नाल की है यदि दो वजह ने, मतलब जी अलामत उन्होंने कितों लिया ने। पहली गल, मुनीर की जवानी समय बरसगीर में आज़ादी के मुतालबे का झंडा लहरा रहा है। दूसरा यह कि हिजरत के मौके पर जुल्म के बाद के हालात जोड़े ने उन्होंने अलामतों के सू उन्हों अलामती निज़ाम से नज़र आता है। मुनीर होर तस्वीर बोलदियाँ तो गल् कर सूँ सुनाई दिदिया ने। घर दिया कंधा उत्ते दिसन छिट्टा लाल फवार दिया, अद्धी राती बूहे खड़कण डैणा चीका मार दिया। ए उन्हां दी एक नज़म है पक्की रात, मतलब आसेब वाली आसेब ज़्यादा माहौल जड़ा है, दरिंदा सिफत जड़े इंसाना दे हत्थों जदों अखलाकी कदरां दी पामाली हो रही सी ते उन्होंने उदों ए लिखिया सीगा। ते अगे इंज है कि घर दियां कंधां उत्ते दिसन छिट्टां लाल फवार दियां, अद्धी राती बूहे खड़कण डैणा चीकां मार दियां, सप दी शूकर गूंजे जिवें गल्लां गुझे प्यार दियां, इधर उधर लुक लुक हसण शक्लां शहरों पार दियां, रूहां वांगों कोलों लंघण महकां बासी हार दियां, कब्रस्तान दे रस्ते दिसण कूकां पैरे दार दियां। तुसीं इह दो मिसरे याद करदे ने, मतलब एक शेर एक मिसरा भी अगर याद रह जाए तो काफ़ी है। मतलब है वे कि कहिंदे ने अद्धी राती बूहे खड़कण, मतलब अद्धी राती वो जड़े ने पुलिस वाले वो आंदे ने, उन्हां दा मतलब है वे कि साडे जड़े मुहाफ़िज ने वो ही साडे दुश्मन ने। शेर चीते ते सप दीआं अलामतां जड़ियां, मतलब उन्हां नूं खौफ दा शायर कहा जाता है, उन्होंने दरिंदा सिफत बंदियां लई वरतियां ने। वो आप नहीं इन्हां तों डरदे बल्कि उन्होंने जिहड़े इस मुआशरे दे विच दरिंदा सिफत इंसान ने उन्हां वास्ते वरतियां ने जिन्हां तों इंसानी कदरां तबाह ते इंसानी समाज का सुकून बर्बाद हुंदा है। यूरोपी तहरीक सिंबलिज़म का असर वो इस तों मुतासर नज़र आते हैं। ये तहरीक फ्रांस ते यूरोप के दूजे मुल्कां चों शुरू हुई ते फिर ये जिहड़ी सीगी हयाती दियां सारियां कदरां नूं खूनी कदरां जिहड़ियां सन वो हड़प कर रही सन। मुनीर नियाजी होरां दा अलामती निज़ाम जिंदगी दे बदलदे हुए शऊर दे गमाजी करदा है। शक ते शुबे की फिजा उन्होंने धुंधले मुस्तकबिल वल वेखण ही नहीं देंदी, इसलिए वह माजी ते हाल दे तसव्वर विच ही खुबे रहिंदे ने। इहो गल्लां उन्होंने दूजे शायरां तों वक्खरियां कर दिंदियां ने। इत्थे अगर शेर लिखना चाहो तो दीवे बलण मज़ारां उपर जंगलां विच मिशालां, मतलब लैंप रोशनियां, मतलब जिहड़े दीवे ने वह मज़ारा उत्ते बलदे ने ते जंगलां विच मिशालां ने लैंप ने लाइटां ने, जिथे बलणियां चाहीदियां ने लाइटां उत्थे नहीं बलदियां बल्कि ये कब्रस्तानां दे विच ते मज़ारां दे उत्ते बलदियां ने, जिथे जिंदा इंसान रहिंदे ने उत्थे नहीं बलदियां। दिन बर्बाद सवालां अंदर रातां विच ज़वालां, शहर दे चौक खबीसा मल्ले तैयब विच मलाला, मतलब शहर के चौक जड़े ने खबीसा ने मल लए ने, ते जड़े पाक साफ नेक लोग ने ओ दुखां दर्दां ते रंजो गम दे विच जिंदगी गुजार रहे ने। अगर लिखना चाहो शेर ते दीवे बलण मज़ारा उपर जंगलां विच मिशाला, यह दो मिसरे भी काफ़ी ने। दिन बर्बाद सवाला अंदर रातां विच ज़वाला, शहर के चौक खबीसा मल्ले तैयब विच मलाला। चौथा है वदन दा मुढ़ला जज्बा, मतलब उन्हां दे अंदर एक होप उम्मीद दी शम्मा जिहड़ी ओह रोशन है। वह कहिंदे ने कि वदन दा मेरे कोल बहुत हौसला ते हिम्मत है ते मैं मंजिल ते अपणन लई सफरां विच वी रहना वा, भावें जिवें दे हालात हो जावण, हेठ दा पक्का मतलब जिद दा पक्का ते मजबूत
ਇਰਾਦਿਆਂ ਦਾ ਮਾਲਕ ਹੋ ਕੇ ਔਕੜਾਂ ਅੱਗੇ ਪਹਾੜ ਬਣ ਕੇ ਸਫ਼ਰ ਕਰਨਾ ਚਾਹੀਦਾ ਏ। ਔਕੜ ਮੁਸ਼ਕਲ ਨੂੰ ਕਹਿੰਦੇ ਨੇ। ਕਦੇ ਨਾ ਰੁਕੇ ਕੰਡੇ ਕੱਢੇ ਜ਼ਖਮ, ਕਦੇ ਨਾ ਸੀਤਾ ਮੈਂ, ਕਦੇ ਨਾ ਪਿੱਛੇ ਮੁੜ ਕੇ ਤੱਕਿਆ, ਕੂਚ ਜਦੋਂ ਵੀ ਕੀ। ਇਹ ਬੜੀ ਖੂਬਸੂਰਤ ਉਹਨਾਂ ਦੀ ਇੱਕ ਨਜ਼ਮ ਹੈ, ਮੇਰੀ ਆਦਤ, ਕਿ ਥਾਂ ਲੈ ਕੇ ਹੀ ਵਾਪਸ ਮੁੜਿਆ ਜਿੱਧਰ ਦਾ ਰੁਖ ਕੀਤਾ ਮੈਂ, ਮਤਲਬ ਮੈਂ ਮੰਜ਼ਿਲ ਤੱਕ ਕੱਪੜਦਾ, ਥਾਂ ਦਾ ਮਤਲਬ ਹੈ ਵੇ ਅਖੀਰ ਕਰਦਾ ਮੈਂ। ਜ਼ਹਿਰ ਸੀ ਜਾਂ ਉਹ ਅੰਮ੍ਰਿਤ ਸੀ, ਸਭ ਅੰਤ 'ਤੇ ਜਾ ਕੇ ਪੀਤਾ ਮੈਂ। ਮਤਲਬ ਉਹ ਮੁਸ਼ਕਿਲ ਹੋਵੇ ਜਾਂ ਆਸਾਨ ਕੰਮ ਹੋਵੇ, ਉਹਨੂੰ ਮੈਂ ਅਖੀਰ ਤੱਕ ਅਪਣਾਉਂਦਾ। ਮੈਨੂੰ ਜਿਹੜੀ ਧੁੰਨ ਲੱਗ ਜਾਂਦੀ ਫਿਰ ਨਾ ਉਸ ਤੋਂ ਹਟਦਾ ਮੈਂ। ਮੈਨੂੰ ਜਿਹੜਾ ਸ਼ੌਕ ਜਾਂ ਆਦਤ ਜਾਂ ਲਗਨ ਲੱਗ ਜਾਂਦੀ ਏ ਤਾਂ ਮੈਂ ਉਹ ਕਰਕੇ ਹਟਦਾ। ਰਾਤਾਂ ਵਿੱਚ ਵੀ ਸਫ਼ਰ ਏ ਮੈਨੂੰ, ਦਿਨ ਵੀ ਟੁਰਦਿਆਂ ਕੱਢਦਾ ਮੈਂ। ਕਦੇ ਨਾ ਰੁਕੇ ਕੰਡੇ ਕੱਢੇ ਜ਼ਖਮ, ਕਦੇ ਨਾ ਸੀਤਾ ਮੈਂ, ਕਦੇ ਨਾ ਪਿੱਛੇ ਮੁੜ ਕੇ ਤੱਕਿਆ, ਕੂਚ ਜਦੋਂ ਵੀ ਕੀਤਾ ਮੈਂ। ਮਤਲਬ ਮੈਂ ਅਗਰ CSS PMS ਦਾ ਇਰਾਦਾ ਕਰ ਲੈਂਦਾ ਤਾਂ ਫਿਰ ਮੈਂ ਉਹਨੂੰ ਤੋੜ ਨਿਭਾ ਕੇ ਛੱਡਣਾ, ਮੈਂ ਫਿਰ CSP ਬਣ ਕੇ ਛੱਡਣਾ। ਨਰਗਸੀਅਤ ਦਾ ਪਹਿਲੂ। ਅੱਛਾ ਜੀ, ਇਹ ਨਰਗਸੀਅਤ ਦਾ ਮਤਲਬ ਇਹ ਹੁੰਦਾ ਹੈ, ਨਰਗਸੀਅਤ ਯੂਨਾਨੀ ਦਿਓਮਾਲਾਈ ਅਲਾਮਤ ਨੂੰ ਉਰਦੂ ਅਤੇ ਫਾਰਸੀ ਅਦਬ ਵਿੱਚ ਚਸ਼ਮਹਿਰਾ ਆਖਿਆ ਜਾਂਦਾ ਹੈ, ਇਹਨੂੰ ਛੱਡ ਦਿਓ ਬੇ ਸਰ। ਇੱਥੋਂ ਸ਼ੁਰੂ ਕਰੋ ਕਿ ਨਰਗਸੀਅਤ ਦਾ ਮਤਲਬ ਹੈ ਕਿ ਇਹੋ ਜਿਹੀ ਸ਼ਖਸੀਅਤ ਜਿਹੜੀ ਆਪਣੇ ਆਪ 'ਤੇ ਆਸ਼ਿਕ ਹੋਵੇ। ਇਹਨੂੰ ਇਹ ਵੀ ਮੁਨੀਰ ਨਿਆਜ਼ ਜੀ ਨੂੰ ਨਰਗਸੀਅਤ ਦਾ ਸ਼ਾਇਰ ਆਖਿਆ ਜਾਂਦਾ ਹੈ, ਇਹ ਵੀ ਆ ਸਕਦਾ ਹੈ, ਜਾਂ ਉਹ ਨਰਗਸੀਅਤ ਪਸੰਦ ਹੈ ਉਹਦੇ 'ਤੇ ਨੋਟ ਲਿਖੋ ਅਤੇ ਸਾਰਾ ਇਹੀ ਲਿਖੋਗੇ, ਲੇਕਿਨ ਇਹ ਕਿ ਤਾਰਫ ਦੇ ਵਿੱਚ ਕਰ ਦਿਓਗੇ ਕਿ ਨਰਗਸੀਅਤ ਜਿਹੜਾ ਹੈ ਇੱਕ ਐਸਾ ਪੱਖ ਹੈ, ਐਸਾ ਪਹਿਲੂ ਹੈ ਜਿਹਦਾ ਮਤਲਬ ਹੈ ਵੇ ਕਿ ਇਨਸਾਨ ਆਪਣੀ ਜ਼ਾਤ ਨਾਲ ਇਸ਼ਕ ਕਰਦਾ ਹੈ, ਆਪਣੇ ਆਪ ਨੂੰ ਸਭ ਕੁਝ ਸਮਝਦਾ ਹੈ। ਅੱਛਾ ਜੀ, ਵਹਿਮ ਨਾ ਰੱਖਿਆ ਜਾਣ ਦਾ ਨਾ ਦੁਨੀਆ ਦਾ ਕੰਮ, ਫਿਕਰ ਨਾ ਫਾਕਾ ਹੋਰ ਦਾ ਅਤੇ ਕਲਮ ਕੱਲਾ ਦਮ। ਮੁਨੀਰ ਨਿਆਜ਼ੀ ਕਹਿੰਦਾ ਕਿ ਮੈਨੂੰ ਕਿਸੇ ਦਾ ਨਹੀਂ ਹੈਗਾ, ਬਸ ਆਪਣਾ ਹੀ ਹੈ ਫਿਕਰ ਫਾਕਾ। ਲਸ਼ਕਾਰੇ ਦਾ ਸ਼ਾਇਰ, ਇਹਨੂੰ ਇਹ ਵੀ ਕਹਿ ਸਕਦੇ ਹੋ ਨਿੱਕੀਆਂ ਨਜ਼ਮਾਂ, ਮਤਲਬ ਛੋਟੀ ਛੋਟੀਆਂ ਨਜ਼ਮਾਂ, ਜਾਂ ਇਖਤਸਾਰ ਵੀ ਇਹਦਾ ਹੈਡਿੰਗ ਦੇ ਸਕਦੇ ਹੋ ਕਿ ਉਹਨਾਂ ਨੇ ਮੁਖਤਸਰ ਜਿਹੜੇ ਉਹ ਮਿਸਰਿਆਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ। ਜਿਸ ਤਰ੍ਹਾਂ ਮਿਸਾਲ ਦੇਖੋ, ਇੱਕ ਹਕੀਕਤ ਇਹ ਵੀ ਸੱਚ ਏ, ਵਿਛੜਨ ਵੇਲੇ ਦੁੱਖ ਵੀ ਕਾਫੀ ਹੁੰਦਾ ਹੈ। ਮਤਲਬ ਜੁਦਾਈ ਦੇ ਲਮਹੇ ਦਾ ਉਹਨੇ ਤਜ਼ਕਰਾ ਕੀਤਾ ਹੈ। ਹੋਣੀ ਦਾ ਡਰ, ਹੋਣੀ ਕਹਿੰਦੇ ਨੇ ਕਿਸਮਤ ਮੁਕੱਦਰ, ਸਫਰਾਂ ਦੇ ਪਰਛਾਵੇਂ ਵਾਂਗੂੰ ਪਿੱਛੇ ਪਿੱਛੇ ਰਹਿੰਦਾ ਹੈ। ਮਤਲਬ ਜਿਹੜਾ ਕਿਸਮਤ ਜਾਂ ਮੁਕੱਦਰ ਏ ਉਹ ਇਹ ਸਾਏ ਤਰ੍ਹਾਂ ਜਿਹੜਾ ਇਨਸਾਨ ਦੇ ਨਾਲ ਨਾਲ ਟੁਰਦਾ ਹੈ। ਰੋਮਾਨਵੀ ਪੱਖ, ਉਹਨਾਂ ਦੀ ਸ਼ਾਇਰੀ ਦੇ ਵਿੱਚ ਰੋਮੈਂਟਿਸਿਜ਼ਮ ਪਾਈ ਜਾਂਦੀ ਹੈ, ਜਿੱਥੇ ਉਹਨਾਂ ਨੇ ਔਕੜਾਂ, ਮਤਲਬ ਮੁਸ਼ਕਲਾਂ, ਸਮਾਜ ਦੇ ਰੋਗਾਂ, ਮੁਆਸ਼ਰੇ ਦੇ ਦੁੱਖਾਂ ਅਤੇ ਲੋਕਾਂ ਜਾਂ ਮੁਸੀਬਤਾਂ ਦਾ ਹੱਲ ਦੱਸਿਆ ਹੈ, ਅਤੇ ਉੱਥੇ ਉਹਨਾਂ ਦਾ ਹੱਲ ਉਹਨਾਂ ਨੇ ਰੋਮਾਨਵੀਅਤ ਵਿੱਚ ਲੱਭਿਆ। ਮਿਸਾਲ ਵੇਖੋ, ਇਹਨਾਂ ਦੇ ਤਿੱਖੇ ਰੰਗ ਵੇਖ ਕੇ ਅੱਖ ਨਸ਼ੀਲੀ ਹੋ ਜਾਂਦੀ ਹੈ, ਅੱਲੜ ਮੁਟਿਆਰ ਕੰਵਾਰੀਆਂ ਲੜੀ। ਇਹਨਾਂ ਦੇ ਅੱਖ ਤਿੱਖੇ ਰੰਗ ਵੇਖ ਕੇ ਅੱਖ ਨਸ਼ੀਲੀ ਹੋ ਜਾਂਦੀ ਹੈ, ਜਿੱਥੇ ਫੁੱਲ ਖਿੜਿਆ ਹੋਵੇ, ਮਤਲਬ ਅੱਲੜ ਮੁਟਿਆਰ ਹੋਵੇ, ਜਿੱਥੇ ਫੁੱਲ ਖਿੜਿਆ ਹੋਵੇ ਧੁੱਪ ਰੰਗੀਲੀ ਹੋ ਜਾਂਦੀ ਹੈ। ਮੁਖੜਾ ਫੁੱਲ ਗੁਲਾਬ ਦਾ ਅਤੇ ਚਾਨਣ ਵਰਗੀ ਅੱਖ, ਬੱਦਲ ਚੇਤ ਵਿਸਾਖ ਦਾ, ਜਿਹੜਾ ਚੇਤ ਵਿਸਾਖ ਦਾ ਬੱਦਲ ਹੁੰਦਾ ਉਹ ਬੜਾ ਬਰੀਕ ਹੁੰਦਾ, ਉਹਦੇ ਵਿੱਚੋਂ ਨੀਲਾ ਅਸਮਾਨ ਵਾਜ਼ੇ ਨਜ਼ਰ ਆਉਂਦਾ ਹੈ, ਇਸ ਕੁੜੀ ਦਾ ਲੱਕ। ਬੇਮਾਨਵੀਅਤ ਦੀ ਤਹਿਰੀਕ ਦਾ ਅਸਰ, ਬੇਮਾਨਵੀਅਤ ਐਬਸਰਡਿਜ਼ਮ, ਮਤਲਬ ਇਹ ਜਿਹੜੀ ਤਰੱਕੀ ਏ ਇਹ ਨਿਰਾ ਖਿਆਲ ਵਹਿਮ ਹੈ ਸਿਰਫ। ਆਦਮ ਨਹੀਂ ਕੋਈ ਜਾਨਵਰ ਸਨ, ਰੋਟੀਆਂ ਖਾਈ ਜਾਂਦੇ ਸਨ, ਰੌਲਾ ਪਾਈ ਜਾਂਦੇ ਸਨ, ਇਹਨਾਂ ਦੀ ਇੱਕ ਨਜ਼ਮ ਏ। ਉਹਨਾਂ ਨੇ ਹੋਟਲ ਦੇ ਮੰਜ਼ਰ, ਹੋਟਲ ਦੀ ਮੰਜ਼ਰਕਸ਼ੀ ਕੀਤੀ ਏ ਕਿ ਇਹ ਜਿਹੜੇ ਇਨਸਾਨ ਨੇ ਉਹ ਸਿਰਫ ਖਾਣ ਹੀ ਉਹਨਾਂ ਦਾ ਮਕਸਦ ਹੈ। ਜਿਸ ਤਰ੍ਹਾਂ ਉਹਨਾਂ ਨੇ ਤਜ਼ਕਰਾ ਕੀਤਾ ਹੈ ਕਿ ਜਿਸ ਤਰ੍ਹਾਂ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਜਿਹੜੀ ਬੰਬਾਰੀ ਹੋਈ, ਕਿ ਇਹ ਜਿਹੜਾ ਐਟਮ ਬੰਬ ਬਣਾਇਆ ਗਿਆ ਸੀਗਾ, ਇਹਨੂੰ ਸਮਝਿਆ ਜਾਂਦਾ ਸੀਗਾ ਕਿ ਇਨਸਾਨ ਨੇ ਬੜੀ ਤਰੱਕੀ ਕਰ ਲਈ ਹੈ, ਲੇਕਿਨ ਉਹਨਾਂ ਦੀਆਂ ਜਾਨਾਂ, ਉਹਨਾਂ ਜਿਹੜੇ ਹਥਿਆਰ ਸਨ ਉਹਨਾਂ ਦੇ ਜ਼ਰੀਏ ਉਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਤਬਾਹ ਹੋਈਆਂ। ਮੁਨੀਰ ਦੀ ਸ਼ਾਇਰੀ ਵਿੱਚ ਡਰ ਅਤੇ ਖੌਫ ਦਾ ਪਰਛਾਵਾਂ, ਉਹ ਉਹਨਾਂ ਨੂੰ ਜਿਹੜਾ ਡਰ ਅਤੇ ਖੌਫ ਦਾ ਸ਼ਾਇਰ ਕਿਹਾ ਜਾਂਦਾ ਹੈ, ਉਹ ਜਿੰਨ ਭੂਤ ਪਲਾਵਾਂ ਚੁੜੇਲਾਂ, ਮੌਤ ਦੇ ਤਲਾਅ ਜਾਂ ਤਲਾਬ,
ਕਬਰਾਂ ਘੋਪਾ ਨੇਰੇ ਛਾਂ ਛਾਂ ਕਰਦੇ ਰੁੱਖ, ਰੁੱਖ ਦਰਖਤ ਨੂੰ ਕਹਿੰਦੇ ਨੇ, ਪੌਦੇ ਨੂੰ ਛਾਂ ਛਾਂ ਉਹਨਾਂ ਦੀ ਆਵਾਜ਼। ਗਰਜ਼ ਹਰ ਮੰਜ਼ਰ ਕੋਲੋਂ ਡਰਦੇ ਨਹੀਂ, ਸਗੋਂ ਸਫ਼ਰ ਜਾਰੀ ਰੱਖਣ ਦਾ ਦਰਸ ਦਿੰਦੇ ਨੇ ਅਤੇ ਮੁਸ਼ਕਲਾਂ ਨੂੰ ਪੈਰੀਂ ਹੇਠ ਰੋਲਦੇ ਜਾਂਦੇ ਨੇ। ਮੈਨੂੰ ਜਿਹੜੀ ਧੁੰਨ ਲੱਗ ਜਾਂਦੀ ਫਿਰ ਨਾ ਉਸ ਤੋਂ ਹਟਦਾ ਮੈਂ, ਰਾਤਾਂ ਵਿੱਚ ਵੀ ਸਫ਼ਰ ਮੈਨੂੰ, ਦਿਨ ਵੀ ਟੁਰਿਆਂ ਕੱਢਦਾ ਮੈਂ ਕੱਟਦਾ ਮੈਂ। ਉਹ ਕਹਿੰਦੇ ਨੇ ਕਿ ਜਿਹੜਾ ਸ਼ੌਕ, ਜਿਹੜਾ ਖਿਆਲ ਮੈਂ ਦਿਲ 'ਚ ਲੈ ਲੈਂਦਾ, ਜਿਹੜੇ ਕੰਮ ਨੂੰ ਕਰਨ ਦਾ ਮੈਂ ਇਰਾਦਾ ਕਰ ਲੈਂਦਾ, ਫਿਰ ਰਾਤ ਦਿਨ ਇੱਕ ਕਰ ਦਿੰਦਾ ਅਤੇ ਉਹ ਉਹਨੂੰ ਮੰਜ਼ਿਲ ਤੱਕ ਪਹੁੰਚਾਉਂਦਾ। ਇਬਹਾਮੀ ਸ਼ਾਇਰੀ, ਇੰਬਿਗਿਟੀ, ਛੁਪੀ ਹੋਈ। ਸ਼ਹਿਰ ਨੂੰ ਜੰਗਲ ਅਤੇ ਕਬਰਸਤਾਨ ਦਾ ਨਾਂ ਦਿੱਤਾ ਹੈ, ਜਿੱਥੇ ਇਨਸਾਨ ਨਹੀਂ ਵੱਸਦੇ ਸਗੋਂ ਉਹਨਾਂ ਦੇ ਰੂਪ ਵਿੱਚ ਜਾਨਵਰ ਜਿਉਂਦੇ ਨੇ। ਇਨਸਾਨਾਂ ਨਾਲ ਭਰੇ ਸ਼ਹਿਰ ਵਿੱਚ ਕਬਰਸਤਾਨ ਜਿਹੀ ਚੁੱਪ ਹੈ, ਜਿਹੜੀ ਦਿਲਾਂ ਨੂੰ ਚੀਰ ਕੇ ਰੱਖ ਦਿੰਦੀ ਹੈ। ਉਹ ਕਹਿੰਦੇ ਨੇ, ਇੱਟਾਂ ਦਾ ਇੱਕ ਉੱਚਾ ਡਿੱਬਾ ਬੰਦ ਮਕਾਨਾਂ ਵਰਗਾ, ਕਿਤੇ ਕਿਤੇ ਕੋਈ ਦੀਵਾ ਬੱਲਾ ਗੋਰਿਸਤਾਨਾਂ ਵਰਗਾ। ਤਸ਼ਬੀਹਾਂ ਅਤੇ ਇਸ਼ਤਿਹਾਰਾਂ, ਇਹ ਦਸਵੀਂ ਇਬਹਾਮੀ ਸ਼ਾਇਰੀ ਦੇ ਵਿੱਚ ਉਹਨਾਂ ਨੇ ਜਿਹੜਾ ਸ਼ਹਿਰ ਨੂੰ ਉਹ ਕਬਰਸਤਾਨ ਨਾਲ ਤਸ਼ਬੀਹ ਦਿੱਤੀ ਹੈ ਕਿ ਇਨਸਾਨਾਂ ਨੂੰ ਜਿਹੜੇ ਇੱਕ ਦੂਸਰੇ ਦੇ ਨਾਲ ਰਹਿੰਦੇ ਨੇ, ਦੂਸਰੇ ਦੀ ਕੋਈ ਉਹ ਪਤਾ ਨਹੀਂ ਹੈਗਾ, ਕੋਈ ਫਿਕਰ ਨਹੀਂ, ਉਹ ਆਪਣੀ ਦੁਨੀਆ ਦੇ ਵਿੱਚ ਮਗਨ ਨੇ। ਤਸ਼ਬੀਹਾਂ ਅਤੇ ਇਸ਼ਤਿਹਾਰੇ, ਅੱਖ 'ਤੇ ਰੋਸ਼ਨੀ ਪਈ ਅਤੇ ਉਹ ਵੀ ਹੀਰੇ ਵਾਂਗੂ ਦਮਕੀ, ਜਿਵੇਂ ਹਨੇਰਿਆਂ ਜੰਗਲਾਂ ਅੰਦਰ ਸੌਣ ਦੀ ਬਿਜਲੀ ਚਮਕੀ। ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਜਿੱਥੇ ਇਨਸਾਨ ਦੀਆਂ ਔਕੜਾਂ ਮੁਸ਼ਕਲਾਂ ਨੂੰ ਅਲਾਮਤੀ ਅੰਦਾਜ਼ ਨਾਲ ਪੇਸ਼ ਕੀਤਾ, ਇਮਾਈਅਤ ਦੇ ਅੰਦਾਜ਼ ਨਾਲ ਪੇਸ਼ ਕੀਤਾ, ਉੱਥੇ ਉਹਨਾਂ ਨੇ ਤਸ਼ਬੀਹਾਂ ਅਤੇ ਇਸ਼ਤਿਹਾਰੇ ਵੀ ਵਰਤੇ ਨੇ। ਇਹਦਾ ਤੁਸੀਂ ਪੈਰਾਗ੍ਰਾਫ ਬਣਾ ਸਕਦੇ ਹੋ, ਹਰ ਇੱਕ ਨੂੰ ਤੁਸੀਂ ਪੈਰਾਗ੍ਰਾਫ ਦੀ ਸੂਰਤ 'ਚ ਲਿਖੋਗੇ ਅਤੇ ਸ਼ੇਰ ਲਿਖ ਦੋਗੇ ਅਗਰ ਯਾਦ ਹੋਏਗਾ। ਜ਼ੁਬਾਨ, ਉਹਨਾਂ ਨੇ ਬਗੈਰ ਕਿਸੇ ਤਕੱਲਫ ਤੋਂ ਆਸਾਨ ਫਹਿਮ ਅਤੇ ਰਵਾਂ ਜ਼ੁਬਾਨ ਵਿੱਚ ਆਪਣੀ ਗੱਲ ਕੀਤੀ ਹੈ। ਸੱਚੀ ਗੱਲ ਤਾਂ ਹੈ ਕਿ ਉਹਨਾਂ ਦੀ ਇਹੋ ਸਾਦਗੀ ਉਹਨਾਂ ਦੀ ਸ਼ਾਇਰੀ ਦਾ ਹੁਸਨ ਬਣ ਗਿਆ। ਇਖਤਸਾਰ, ਇੱਕ ਸੋਹਣਾ ਅਸਲੂਬ ਤਰੀਕਾ, ਅੰਦਾਜ਼, ਢੰਗ, ਉਹ ਆਪਣੀ ਸ਼ਾਇਰੀ ਵਿੱਚ ਵੱਡੀਆਂ ਵੱਡੀਆਂ ਗੱਲਾਂ ਘੱਟ ਤੋਂ ਘੱਟ ਅਤੇ ਥੋੜ੍ਹੇ ਤੋਂ ਥੋੜ੍ਹੇ ਲਫਜ਼ਾਂ ਵਿੱਚ ਆਪਣੇ ਕਾਰੀ ਤਿੱਕਰ ਇੰਝ ਅਪੜਾਉਂਦੇ ਨੇ ਕਿ ਇਹਦੇ ਮਾਨੇ ਕੱਢਣ ਦਾ ਮਾਮਲਾ ਪੜ੍ਹਨ ਵਾਲੇ 'ਤੇ ਛੱਡ ਦਿੰਦੇ ਨੇ। ਮੁੱਕਦੀ ਗੱਲ, ਮੁੱਕਦੀ ਗੱਲ ਜਿਹੜਾ ਸੀ ਉਹ ਲਿਖਿਆ ਸੀ ਨਾ, ਤਾਰਫ ਜਾਂ ਸਾਰੇ ਨੂੰ ਕੰਕਲੂਡ ਕਰਕੇ ਤੁਸੀਂ 4-5-6 ਲਾਈਨਾਂ 'ਚ ਇੱਕ ਪੈਰਾਗ੍ਰਾਫ ਖੁਦ ਵੀ ਕਰ ਸਕਦੇ ਹੋ, ਬਣਾ ਸਕਦੇ ਹੋ। ਮੁਨੀਰ ਨਿਆਜ਼ੀ ਹੋਰਾਂ ਦਾ ਅੰਦਾਜ਼ ਵੱਖਰਾ ਹੈ, ਉਹਨਾਂ ਦਾ ਸਫ਼ਰ ਹਯਾਤੀ ਦਾ ਸਫ਼ਰ ਹੈ। ਉਹਨਾਂ ਨੇ ਇਕੱਲੇ ਆਦਮ ਤੋਂ ਲੈ ਕੇ ਆਦਮੀਆਂ ਦੇ ਦਰਮਿਆਨ ਅਕਲਾਪੇ ਤੱਕ ਹਰ ਕਿਸਮ ਦੀ ਤਨਹਾਈ ਦਾ ਤਜਰਬਾ ਕੀਤਾ ਹੈ। ਉਹਨਾਂ ਦੀ ਸ਼ਾਇਰੀ ਵਿੱਚ ਮਾਜ਼ੀ, ਹਾਲ ਅਤੇ ਮੁਸਤਕਬਿਲ ਦੀਆਂ ਹੱਦਾਂ ਨੂੰ ਛੂੰਹਦਾ ਹਕੀਕਤ ਦਾ ਖਿਲਾਰ ਹੈ। ਇਕੱਲੇ ਆਦਮ ਤੋਂ ਮੁਰਾਦ ਇਹ ਵੀ ਕਿ ਉਹਨਾਂ ਦੀ ਸਾਨੂੰ ਸ਼ਾਇਰੀ ਦੇ ਵਿੱਚ ਇਕਲਾਪਾ, ਤਨਹਾਈ ਦਾ ਪੱਖ ਜਾਂ ਪਹਿਲੂ ਵੀ ਮਿਲਦਾ ਹੈ ਕਿ ਆਦਮ ਅਲੈਹਿ ਸਲਾਮ ਜਦੋਂ ਇਸ ਦੁਨੀਆ ਦੇ ਉੱਤੇ ਆਏ ਅਤੇ ਉਹ ਇਕੱਲੇ ਸਨ, ਉਹਨਾਂ ਨੇ ਜਦੋਂ ਦੇਖਿਆ ਕਿ ਲਿਬਾਸ ਚਾਹੀਦਾ ਹੈ, ਖੁਰਾਕ ਚਾਹੀਦੀ ਹੈ, ਧੁੱਪ ਤੋਂ ਕਿੰਜ ਬਚਣਾ ਹੈ, ਛਾਂ ਤੋਂ ਕਿੰਜ ਬਚਣਾ ਹੈ, ਉਹਦੇ ਉੱਤੋਂ ਲੈ ਕੇ ਅਤੇ ਇਨਸਾਨਾਂ ਦੇ ਦਰਮਿਆਨ ਜਿਹੜੀ ਤਨਹਾਈ ਹੈ, ਮਤਲਬ ਉਹਨਾਂ ਨੇ ਜਿੱਥੇ ਸ਼ਹਿਰੀ ਸਕਾਫਤ ਨੂੰ ਬਿਆਨ ਕੀਤਾ ਕਿ ਸ਼ਹਿਰਾਂ ਦੇ ਵਿੱਚ ਜਿਹੜਾ ਇੱਕ ਘਰ ਹੈ ਉਹ ਦੂਜੇ ਘਰ ਦਾ ਉਹਨੂੰ ਨਾ ਗਮ ਦਾ ਪਤਾ ਹੈ, ਨਾ ਉਹਦੇ ਦੁੱਖ ਦਾ ਪਤਾ ਹੈ, ਆਪਣੀ ਦੁਨੀਆ ਵਿੱਚ ਆਪ ਜੀ ਰਹੇ ਨੇ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਏਗੀ।